ਹਾਂਜੀ ਦੋਸਤੋ ਨੌਲੇਜ ਫੈਕਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਬੱਬੂ ਮਾਨ ਦੇ ਨਵੇਂ ਗੀਤ ਦੀ। ਹਾਂਜੀ ਜਿਸ ਚੀਜ਼ ਦਾ ਸਭ ਨੂੰ ਪਤਾ ਹੀ ਹੈ ਕਿ ਮਾਨ ਸਾਹਿਬ ਆਪਣੇ ਗੀਤ ਬਿਨਾਂ ਕਿਸੇ ਅਨਾਉਂਸਮੈਂਟ ਤੋਂ ਰਿਲੀਜ਼ ਕਰਦੇ ਹਨ ਜੋ ਕਿ ਹਰ ਇੱਕ ਲਈ ਸਰਪ੍ਰਾਈਜ਼ ਹੁੰਦਾ ਹੈ ਤੇ ਦੋਸਤੋ ਅੱਜ ਸਵੇਰੇ ਮਾਨ ਸਾਹਿਬ ਨੇ ਆਪਣੇ ਸਾਰੇ ਫੈਨਸ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ। ਦੋਸਤੋ ਮਾਨ ਸਾਹਿਬ ਨੇ ਅੱਜ ਆਪਣਾ ਨਵਾਂ ਗੀਤ ਬਾਬੇ ਦਾ ਖੂ ਰਿਲੀਜ਼ ਕੀਤਾ ਹੈ। ਇਸ ਗੀਤ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਹਨ ਕਿ ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰ ਉਹ ਬਾਬੇ ਨਾਨਕ ਦੇ ਖੂਤੇ ਪਾਣੀ ਪੀ ਆਇਆ ਮੇਰਾ ਕੁਝ ਨਹੀਂ ਸਭ ਕੁਝ ਬਾਬਾ ਤੇਰਾ ਹੈ ਇੱਕੋ ਕੁੱਟ ਵਿੱਚ ਸੱਤ ਜਨਮ ਮੈਂ ਲੈ ਆਇਆ ਤੇ ਇਸ ਨਾਲ ਹੀ ਉਹਨਾਂ ਨੇ ਦੋ ਨੇਤਾਵਾਂ ਨੂੰ ਵੀ ਟਾਰਗੇਟ ਕੀਤਾ ਹੈ ਜਿੰਨਾ ਕਰਕੇ ਆਪਣਾ ਦੇਸ਼ ਬੰਡਿਆ ਗਿਆ ਹੈ ਉਹਨਾਂ ਕਹੇ ਕਿ ਦੋ ਨੇਤਾ ਵਲੇਚ ਪੜ ਕੇ ਆਏ ਸੀ ਤੇ ਆਉਂਦੇ ਸਾਰ ਹੀ ਬਟਵਾਰਾ ਕਰਵਾਇਆ ਤੇ ਤੁਹਾਨੂੰ ਦੱਸ ਦਈਏ ਕਿ ਉਹ ਦੋ ਨੇਤਾ ਕੋਈ ਹੋਰ ਨਹੀਂ ਬਲਕਿ ਨਹਿਰੂ ਤੇ ਜinnah ਸੀ ਜਿਨ੍ਹਾਂ ਨੇ ਕੁਰਸੀ ਦੇ لالਚ 'ਚ ਸਾਡੇ ਦੇਸ਼ ਨੂੰ ਵੰਡ ਦਿੱਤਾ ਨਹਿਰੂ ਕਹਿੰਦਾ ਸੀ ਵੀ ਦੇਸ਼ ਮੇਰੇ ਹੱਥ ਵਿੱਚ ਹੋਵੇ ਤੇ ਜਿੰਨਾ ਕਹਿੰਦਾ ਸੀ ਵੀ ਮੈਂ ਚਲਾਵਾਂ ਤੇ ਇਹਨਾਂ ਦੋਵਾਂ ਦੀ ਹਿੰਦ ਨੇ ਲੱਖਾਂ ਲੋਕ ਮਰਵਾਤੇ ਸੀ ਤੇ ਦੋਸਤੋ ਤੁਸੀਂ ਜ਼ਰੂਰ ਕਮੈਂਟਾਂ ਵਿੱਚ ਵਿਚਾਰ ਦਿਓ ਇਹੋ ਜਿਹੇ ਨੇਤਾਵਾਂ ਬਾਰੇ ਜਿਨ੍ਹਾਂ ਨੇ ਸਾਡਾ ਦੇਸ਼ ਵੰਡਤਾ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਮਾਂ ਸਾਹਿਬ ਦਾ ਗੀਤ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਦੋਸਤੋ ਥੋੜੇ ਆਪਣੇ ਚੈਨਲ ਨੌਲੇਜ ਫੈਕਟ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ